pai de la pro de se provocar assim se capri para dançar o evento que havia que uma panha de nada de maia maia que o homem que fica dizem que o que está se passando só faz bem feito que godavi que bem feito esse varia de programado o da programado a não jovem ou que esse bahane aí que é o bahane esse bahane aí ou que o bicho leve de achar o jogo a pre history para o bicho ये आगे प्रो की सर को गेम ही खेलूंगा ऐसे बहाने आऊंगा खरबूजे को देख के खरबूजा रंग बदलता है लोग कहते हैं कि बदलता है जमाना अक्सर मर्द वो है जो जमाने को बदल देते हैं मैं बेनती करना प्रधान जी सेक्रेटरी जी मैं दिल दिया ग्राहियां तो कह रहे हो गुरु ग्रंथ जी हजूरी से कह रहे हो कि मेरे अंदर सर के सर को दर्द है जहां इष्ट है जहां को प्यार है वो सिर्फ ये है तुसी वास्ते रहो वो अभी क्या दिक्कत है गुरु कृपा करे नानक नाम चली कला तेरे पाने सर्वत का पला दास पांच दिन का स्पेशल प्रोग्राम देते कट के आवेगा पर मैं एक बारी फिर तुम लेके नहीं दिखी तो आना तुसी बच्चे संभालो पैसे ना तो तुम बोल दे आगे पैसे गुरु प्यारे फिर समा बड़े आप जी के दर्शन कराओगे किस किस दी कोई गलती हो भी होगी सत्संग तो ना बचपन तो बड़ी गलतियां करता रहे मेरी जिंदगी ही गलतियां भरी हुई यही तो फर्क है अरदास के अंदर तेरे तो मेरे फर्क यही है तुम कहिए तो जगत गुरु स्वामी हम कहिए तो कर के कामी जिन रब न मिलना संत कहते मूर्ख बन जो मैं मूर्ख की केतक बात है कुट फरादी जे सियाण फिर पैगे तो मारे जाओगे तै सियाण पा लख होए ता इक न चले ना मिट जा आप गवाईए ता सौ पाई कदी कणक दी रोटी बन सकदी कणक नु मिटना पैंदा ओदे दाणियां नु पीसना पैंदा पुड़ा दे विच आटा बनदा फिर सुके आटे दी रोटी होंदी ओनु पानी विच गुझना पैंदा मार सहनी पैंदी ਉਹਨੂੰ ਗੁਰੂ ਕੀ ਸੰਗਤ ਆਉਂਦੀ ਫਿਰ ਰੋਟੀ ਪੱਕਦੀ ਰੋਟੀ ਪੱਕਦੀ ਬਣਦੀ ਪਹਿਲਾਂ ਫਿਰ ਇਹਦੀ ਅੱਗ ਤੇ ਤਪਣਾ ਪੈਂਦਾ ਖਾਲਸਾ ਜੀ ਇਸੇ ਤਰ੍ਹਾਂ ਸਮਾਂ ਗੁਰੂ ਚਰਨਾਂ ਦੇ ਲਾਓ ਬਸ ਇੱਕ ਵਾਰੀ ਫਿਰ ਮੇਟੀ ਨੂੰ ਬੇਨਤੀ ਕਰਦਾ ਤੁਸੀਂ ਮੇਰੇ ਸਾਰੇ ਗਿਆਨ ਮੈਂ ਤੁਹਾਡੇ ਚਰਨਾਂ ਦੀ ਪੂਰਾ ਮੈਂ ਤੁਹਾਡਾ ਦਾਸ ਸਤਿਸੰਗ ਜੀ ਮੇਰੀ ਜ਼ਿੰਦਗੀ ਅਰਦਾਸ ਕਰਿਆ ਕਰੋ ਮੈਂ ਸਾਰੀ ਜ਼ਿੰਦਗੀ ਸਿੱਖ ਸੰਗਤਾਂ ਦੇ ਚਰਨਾਂ ਦੇ ਜੋੜੇ ਚਾਰ ਸਕਣ ਖੜਤਾ ਜੀ ਮੈਂ ਕੋਈ ਸੰਤ ਨਹੀਂ ਕੋਈ ਬ੍ਰਹਮ ਗਿਆਨੀ ਨਹੀਂ ਮੇਰੇ ਵਿੱਚ ਸਿੱਖਾਂ ਵਾਲੇ ਵੀ ਗੁਣ ਨਹੀਂ ਹਾਂ ਸਿੱਖਾਂ ਵਾਲੇ ਗੁਣ ਨਹੀਂ ਪਰ ਮੇਰੇ ਵਿੱਚ ਸਿੱਖੀ ਦੀ ਤੜਫ ਤੇ ਹੈ ਖਾਲਸਾ ਜੀ ਸਿੱਖੀ ਦੀ ਤੜਫ ਤਾਂ ਹੈ ਭਗਵਾਨ ਵਾਲੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਮੇਟੀ ਨੂੰ ਬੇਨਤੀ ਕਰਦਾ ਪੰਜ ਦਿਨ ਦਾ ਸਮਾਂ ਸਭ ਨੂੰ ਤੁਹਾਨੂੰ ਲਵਾਂਗੇ ਔਰ ਪੰਜ ਦਿਨ ਦੀ ਮਾਇਆ ਹੋਰ ਵੀ ਇਕੱਠੀ ਕਰਾ ਦਾਂਗੇ ਇਹਨਾਂ ਬੱਚਿਆਂ ਨੂੰ ਪਲੀਜ਼ ਪਲੀਜ਼ ਇਹ ਅੱਜ ਗੁਰੂ ਘਰ ਆਉਣਗੇ ਅੱਜ ਲਾਇਬ੍ਰੇਰੀ 'ਚ ਜਾਣਗੇ ਬੁੱਕਾਂ ਪੜ੍ਹਨਗੇ ਇੱਥੇ ਆ ਕੇ ਕੋਈ ਗੇਮਾਂ ਖੇਡਣਗੇ ਲੰਗਰ 'ਚ ਜਾਣਗੇ ਕੱਲ੍ਹ ਕੇਸ ਰੱਖਣਗੇ ਪਰਸੋਂ ਅੰਮ੍ਰਿਤ ਛਕਣਗੇ ਨਿਤਨ ਕਰਨਗੇ ਬਾਣੀ ਪੜ੍ਹਨਗੇ ਗੁਰੂ ਦੇ ਰਾਹ 'ਤੇ ਚੱਲਣਗੇ ਮੇਰੀ ਜਿੱਥੇ ਤੱਕ ਵੀ ਤੁਹਾਨੂੰ ਜ਼ਰੂਰਤ ਹੈ ਦੱਸ ਦੀ ਦੱਸ ਹਾਜ਼ਰ ਹੈ ਮੈਂ ਕਈ ਵਾਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਹਿੰਦਾ ਹੁੰਦਾ ਮੌਤ ਮੈਨੂੰ ਲਿਖਣ ਦਾ ਸ਼ੌਕ ਹੈ ਗਰੀਬ ਅਨਵਾਜ ਤੇਰੀਆਂ ਗਲੀਆਂ ਨੇ ਮੇਰੀ ਚੜ੍ਹਦੀ ਜਵਾਨੀ ਖਾਲੀ ਤੇਰੀਆਂ ਗਲੀਆਂ ਨੇ ਮੇਰੀ ਚੜ੍ਹਦੀ ਜਵਾਨੀ ਖਾਲੀ ਕਿਉਂ ਨਾ ਕਰਾਂ ਸਤਿਕਾਰ ਦੋਸਤਾਂ ਤੇਰੇ ਸ਼ਹਿਰ ਦਾ ਕਿਉਂ ਨਾ ਕਰਾਂ ਮਿੱਤਰ ਸਾਡੇ ਮਾਫ਼ ਕਰਨਾ ਜਿਹਨਾਂ ਨੂੰ ਸਦਰਿਆ ਦੁਰਮਤ ਮੰਜਿਆ ਬਾਣੀ 'ਚ ਬੜੇ ਸ਼ਬਦ ਆਉਂਦੇ ਨੇ ਗੁਰੂ ਕੀ ਸੰਗਤ ਤੂੰ ਮੇਰਾ ਪਿਤਾ ਤੂੰ ਮੇਰਾ ਮਾਂ ਤੂੰ ਮੇਰਾ ਬੰਦਪ ਤੂੰ ਮੇਰਾ ਭਰਾਤਾ ਤੂੰ ਮੇਰਾ ਰੱਖਾ ਸਗੜੀ ਥਾਈਂ ਮੈਂ ਤੇਰੀਆਂ ਗਲੀਆਂ ਨੂੰ ਗੁਰੂ ਸਾਹਿਬ ਮੇਰੀ ਚੜ੍ਹਦੀ ਜਵਾਨੀ ਖਾਲੀ ਕਿਉਂ ਨਾ ਕਰਾਂ ਸਤਿਕਾਰ ਦੋਸਤਾਂ ਤੇਰੇ ਸ਼ਹਿਰ ਦਾ ਮੇਰੀ ਲਾਸ਼ ਤੱਕ ਵੀ ਨਿਲਾਮ ਕਰ ਦਿੱਤੀ ਗਈ ਪਰ ਫਿਰ ਵੀ ਨਾ ਉਤਰਿਆ ਕਰ ਜਾ ਤੇਰੇ ਪਿਆਰ ਦਾ ਜੇ ਬੁਰਾ ਭਗ ਨਹੀਂ ਕਰ ਸਕਦੇ ਬੁਰਾ ਵੀ ਕਰੋ ਜੇ ਭਲਾ ਨਹੀਂ ਸੋਚ ਸਕਦੇ ਬੁਰਾ ਸੋਚਣ ਦਾ ਹੱਕ ਨਹੀਂ ਜੇ ਚੰਗੇ ਕਰਮ ਨਹੀਂ ਕਰ ਸਕਦੇ ਮਾੜੇ ਨਾ ਕਰੋ
ਖਾਲਸਾ ਜੀ ਬੁਰਿਆਂ ਦਾ ਵੀ ਬੁਰਾ ਭਲਾ ਕਰੋ, ਖਾਲਸਾ ਜੀ ਉਹਨਾਂ ਵਾਸਤੇ ਅਰਦਾਸ ਕਰੋ ਕਿਹਨਾਂ ਵਾਸਤੇ, ਐ ਖੁਦਾ ਸਲਾਮਤ ਰੱਖਣਾ ਮੇਰੇ ਦੁਸ਼ਮਣ ਕੋ ਸਲਾਮਤ, ਕਹਿੰਦੇ ਨੇ ਜਿਹੜਾ ਮੇਰਾ ਦੁਸ਼ਮਣ ਭਾਈ ਕਰਦਾ ਉਹਨੂੰ ਵੀ ਵਸਦਾ ਰੱਖੀ, ਐ ਖੁਦਾ ਸਲਾਮਤ ਰੱਖਣਾ ਮੇਰੇ ਦੁਸ਼ਮਣ ਕੋ ਵਰਨਾ ਮੇਰੀ ਮੌਤ ਕੀ ਦੁਆਏ ਕੌਣ ਕਰੇਗਾ, ਗਿਰੀ ਜਨਵਾਦ ਉਹ ਵੀ ਵਸਦਾ ਰਹੇ। ਭਗ ਵਾਲਿਓ ਇਹਨੇ ਸ਼ਬਦ ਪ੍ਰਵਾਨ ਮੈਂ ਕਮੇਟੀ ਨੂੰ ਸੰਗਤ ਨੂੰ ਸਾਰਿਆਂ ਯਕੀਨ ਦਵਾਉਣਾ, ਮੇਰੇ ਕੋਲ ਕੋਈ ਸ਼ਬਦ ਨਹੀਂ ਮੈਂ ਤੁਹਾਡਾ ਧੰਨਵਾਦ ਕਰ ਸਕਾਂ। ਜਦੋਂ ਤੁਹਾਡਾ ਧੰਨਵਾਦ ਕਰਨ ਦਾ ਸਵਾਲ ਆਉਂਦਾ ਮੇਰੀ ਡਿਕਸ਼ਨਰੀ ਦੇ ਅੱਖਰ ਨੇ ਜਿਹੜੇ ਬੌਣੇ ਹੋ ਜਾਂਦੇ ਨੇ, ਛੋਟੇ ਪੈ ਜਾਂਦੇ ਨੇ, ਪਰ ਮੈਂ ਤੁਹਾਡਾ ਧੰਨਵਾਦ ਤਾਂ ਨਹੀਂ ਕਰ ਸਕਦਾ। ਟੁੱਟੇ ਫੁੱਟੇ ਸ਼ਬਦਾਂ ਗੁਰੂ ਅੰਗਦ ਦੇ ਚਰਨਾਂ ਅੱਗੇ ਅਰਦਾਸ ਤਾਂ ਕਰ ਸਕਦਾ, ਗਰੀਬ ਨਿਵਾਜ ਕਰ ਇਹਨਾਂ 'ਤੇ ਕਿਰਪਾ, ਸਾਰਿਆਂ ਨੂੰ ਚਰਨਾਂ ਨਾਲ ਲਾ ਲੈ ਅਤੇ ਅਮਰ ਦੀ ਦਾਤ ਬਖਸ਼ ਇਹਨਾਂ 'ਤੇ ਕਰ ਕਿਰਪਾ, ਗਰੀਬ ਨਿਵਾਜ ਇਹ ਨਹੀਂ ਸਭ ਪ੍ਰਵਾਨ ਉਹਨਾਂ ਪੁੱਲਾਂ ਦੀ ਮਾਫ਼ੀ